ਅੱਜ ਅਸੀਂ ਹਰੀਕੇ ਹੈਡ ਦੇ ਆਉਂਦੇ ਹਾਂ। ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਦੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ, ਮੀਂਹ ਪੈ ਰਿਹਾ ਵਾ। ਅੱਜ ਵੇਖੋ ਫਿਰ ਹਰੀਕੇ ਹੈਡ ਦੇ ਵਿੱਚ ਬਹੁਤ ਅੱਛਾ ਮਾਰਦਾ ਪਾਣੀ ਆ, ਪਰ ਖਤਰੇ ਦੀ ਕੋਈ ਘੰਟੀ ਨਹੀਂ ਆ। ਪਰ ਵੇਖੋ ਕਿੰਨਾ ਪਾਣੀ ਆ ਹੈਡ ਦੇ ਵਿੱਚ ਆਇਆ, ਪਾਣੀ ਦੇ ਵਿੱਚ ਜਾ ਕੇ ਦਿਖਾਉਣਾ ਵਾ। ਮੈਂ ਲਾਗੋਂ ਦੀ ਲੰਘ ਰਿਹਾ ਸੀ ਅਤੇ ਮੈਂ ਸੋਚਿਆ ਕਿ ਚਲੋ ਸੜਕ ਨੂੰ ਮੈਂ ਵਿਖਾ ਦੇਵਾਂ ਕਿ ਹਰੀਕਾ ਜਿਹੜਾ ਹੈਡ ਵਾ ਉੱਥੇ ਪਾਣੀ ਕਿੰਨਾ ਵਾ। ਸਾਰੇ ਬੰਨੇ ਪਾਣੀ ਪਾਣੀ, ਠੀਕ ਹੈ ਜੀ। ਆਹ ਹਰੀਕਾ ਹੈਡ ਵਾ ਦਰਿਆ ਦਰ ਬੰਦ ਵਾ, ਇੱਧਰਲੇ ਬੰਨੇ ਦਰਿਆ ਖੁੱਲ੍ਹੇ ਆ, ਬੰਦਾ
ਸਟਾਰਟ ਕਰਵਾਉਂਦਾ ਵਾ ਕਿ ਕਿੰਨੀ ਸਪੀਡ ਦੇ ਨਾਲ ਪਾਣੀ ਲੰਘ ਰਿਹਾ ਵਾ ਅਤੇ ਵਾਹਿਗੁਰੂ ਮਿਹਰ ਕਰੇ, ਅਰਦਾਸ ਕਰਿਓ ਕਿਉਂਕਿ ਕੋਠੀਆਂ ਵਾਲੇ ਤਾਂ ਅੱਜ ਪਕੌੜੇ ਬਣਾ ਕੇ ਖਾ ਰਹੇ ਹੋਣਗੇ ਅਤੇ ਜਿਨ੍ਹਾਂ ਦੀਆਂ ਖੁੱਲੀਆਂ ਵਾ ਉਹ ਵਿਚਾਰੇ ਅੱਜ ਸੁੱਕੀਆਂ ਮਿੱਸੀਆਂ ਰੋਟੀਆਂ ਤੋਂ ਵੀ ਬੈਠੇ ਹੋਣਗੇ। ਸੋ ਜਿਨ੍ਹਾਂ ਨੂੰ ਰੱਬ ਨੇ ਰਿਜ਼ਕ ਦਿੱਤਾ ਵਾ, ਜਿਨ੍ਹਾਂ ਨੂੰ ਰੱਬ ਨੇ ਰਿਜ਼ਕ ਦਿੱਤਾ ਕੋਠੀਆਂ ਦਿੱਤੀਆਂ, ਉਹਨਾਂ ਅੱਗੇ ਮੈਂ ਬੇਨਤੀ ਹੈ ਕਿ ਆਪਣੇ ਖੁੱਲੀਆਂ ਵਾਲੇ ਭਰਾਵਾਂ ਦੀ ਵੀ ਸਾਥ ਦਿਓ।